ਸ਼ਿੰਗਾਰਾ ਸਿੰਘ ਮਾਨ ਭਾਰਤੀ ਕਿਸਾਨ ਏਕਤਾ ਗੁਰਾਹਾਂ ਦਾ ਸੂਬਾ ਸਪੀਕਰ ਕਹਿਣਾ ਮੈਂ ਇਹ ਚਾਹੂੰਗਾ ਕਿ ਅੱਜ ਜੋ ਜੰਤਰ ਮੰਤਰ ਦੇ ਵਿੱਚ ਪਹਿਲਵਾਨ ਮੁੰਡੇ ਕੁੜੀ ਦਾ ਧਰਨਾ ਚੱਲਦਾ ਹੈ ਉਹਨਾਂ ਦੀਆਂ ਮੰਗਾਂ ਦੀ ਹਮਾਇਤ ਦੇ ਵਿੱਚ ਤੇ ਜਿਹੜਾ ਉਹ ਕੁੜੀਆਂ ਨਾਲ ਸ਼ੋਸ਼ਣ ਕਰਨ ਵਾਲਾ ਦੋਸ਼ੀ ਬਣਦਾ ਬਿਰਜ ਭੂਸ਼ਣ ਸਰਨ ਸਿੰਘ ਉਹਨੂੰ ਸਿੱਖਾਂ ਪਿੱਛੇ ਬੰਦ ਕਰਾਉਣ ਖਾਤਰ ਉਹਦਾ ਪੂਤਲਾ ਫੂਕਣਾ ਸੀ ਐਸਕੇਐਮ ਦਾ ਸੱਦਾ ਆਇਆ ਹੋਇਆ ਪੂਰਾ ਹਫ਼ਤਾ ਰੋਸ ਹਫ਼ਤਾ ਮਨਾ ਕੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵੱਡੇ ਇਕੱਠ ਕਰਕੇ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਕੇ ਉਹਦੀਆਂ ਹਰਕਤਾਂ ਸਾੜਨੀਆਂ ਉਹਦੀ ਕੜੀ ਤਹਿਤ ਸਾਡੀ ਜਥੇਬੰਦੀ ਵੱਲੋਂ ਵੀ 11-12-13 ਦਾ ਸੱਦਾ ਦਿੱਤਾ ਉਹਦੀ ਕੜੀ ਵਜੋਂ ਆਪਾਂ ਅੱਜ ਬਠਿੰਡਾ ਜ਼ਿਲ੍ਹੇ ਦਾ ਵਿੱਚ ਜਿਹੜਾ ਇਹ ਵੱਡਾ ਇਕੱਠ ਕਰਕੇ ਸ਼ਹਿਰ ਦੇ ਵਿੱਚ ਮਾਰਚ ਕਰਕੇ ਹਰਕਤੀ ਸਾੜਨੀ ਹੈ ਅਧਿਕਾਰੀਆਂ ਨੂੰ ਮੰਗ ਪੱਤਰ ਦੇਣਾ ਤੇ ਮੰਗ ਪੱਤਰ ਦੇ ਵਿੱਚ ਇਹ ਮੰਗ ਕਰਨੀ ਹੈ ਵੀ ਤੁਰੰਤ ਉਹ ਜਿਹੜਾ ਬਿਰਜ ਭੂਸ਼ਣ ਸਰਨ ਸਿੰਘ ਹੈ ਉਹਨੂੰ ਤੁਰੰਤ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਸਿੱਖ ਹਮਲੇ ਕੀਤਾ ਜਾਵੇ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਕੀ ਮਰਚਾ ਲੱਗਦਾ ਤੁਹਾਨੂੰ ਇਹ ਨੰਗੇ ਚਿੱਟੇ ਗੁੰਡਿਆਂ ਦੀ ਪੱਖ ਪੂਰਦੇ ਆ ਅੱਜ ਨਹੀਂ ਜਦੋਂ ਵੀ ਜਿਹੜਾ ਵੀ ਜਿਹਨੇ ਵੀ ਕਿਤੇ ਗੁੰਡਾਗਰਦੀ ਕੀਤੀ ਹੈ ਚਾਹੇ ਉਹ ਲਖਮੀਪੁਰ ਦੀ ਘਟਨਾ ਹੈ ਰੁਪਿਆ ਘਾਟ ਦੀ ਘਟਨਾ ਕਿੰਨੂ ਇੱਕ ਆਪਾਂ ਕਾਂਡੇ ਗਿਣ ਸਕਦੇ ਆ ਹਰ ਵੇਲੇ ਬੀਜੇਪੀ ਗੁੰਡਿਆਂ ਦੇ ਪੱਖ 'ਚ ਖੜੀ ਆ ਉਹੀ ਲੜੀ ਇਹ ਹੈ ਇਹ ਉਹਦਾ ਪੱਖ ਪੂਰ ਰਹੇ ਆ ਉਹ ਛੜਿਆ ਵਾ ਜੋ ਮਰਜ਼ੀ ਮੂੰਹ 'ਚੋਂ ਹੁਣ ਬੋਲੀ ਜਾਂਦਾ ਕੋਈ ਲਗਾਮ ਹੀ ਨਹੀਂ ਦੇ ਰਿਹਾ ਉਹਨੂੰ ਇੱਥੋਂ ਤੱਕ ਚੈਲੰਜ ਕਰਨਾ ਉਹਨੇ ਵੀ ਪਿਓ ਪੁੱਛਣ ਕੁੜੀਆਂ ਨੂੰ ਉਹਦੇ ਨਾਲ ਬਲਾਤਕਾਰ ਹੋਇਆ ਉਹ ਅਸੀਂ ਕਹਿਣਾ ਨਹੀਂ ਚਾਹੁੰਦੇ ਇਹ ਉਹਦੇ ਵੀ ਲੜਕੀ ਆ ਉਹ ਵੀ ਕਿਸੇ ਦਾ ਪਿਓ ਹੋਊਗਾ ਜਾਨੀ ਜੋ ਮਰਜ਼ੀ ਬੋਲੀ ਜਾਂਦਾ ਇਸ ਕਰਕੇ ਬੀਜੇਪੀ ਸਾਰੀਆਂ ਸ਼ਰਮਾ ਲਾ ਕੇ ਗੁੰਡਿਆਂ ਦਾ ਪੱਖ ਪੂਰ ਰਹੀ ਕੀ ਨਾਮ ਹੈ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਮੇਰਾ ਨਾਮ ਪਰਮਜੀਤ ਕੌਰ ਪਿੱਥੋ ਬਲਾਕ ਪ੍ਰਧਾਨ ਜ਼ਿਲ੍ਹਾ ਆਗੂ ਕੀ ਕਹਿਣਾ ਚਾਹੋਗੇ ਅੱਜ ਦਾ ਪ੍ਰਦਰਸ਼ਨ ਕਰ ਰਹੇ ਜਿਹੜਾ ਅੱਜ ਦਾ ਪ੍ਰਦਰਸ਼ਨ ਹੈ ਜਿਹੜਾ ਜੰਤਰ ਮੰਤਰ ਦੇ ਵਿੱਚ ਸਾਡੀਆਂ ਖਿਡਾਰਨ ਕੁੜੀਆਂ ਦੇ ਨਾਲ ਜੋ ਘਟਨਾ ਵਾਪਰੀ ਹੈ ਮੰਦਭਾਗੀ ਹੈ ਅਸੀਂ ਉਹਦੇ ਰੋਸ ਦੇ ਵਿੱਚ ਦਿੱਲੀ ਵੀ ਜਾ ਕੇ ਆਏ ਹਾਂ ਉਹਨਾਂ ਦੀ ਹਮਾਇਤ ਕਰਕੇ ਆਏ ਹਾਂ ਅਤੇ ਅੱਜ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ ਜੋ ਸਾਡੀ ਸੂਬਾ ਕਮੇਟੀ ਨੇ ਐਲਾਨ ਕੀਤਾ ਸੰਯੁਕਤ ਕਿਸਾਨ ਮੋਰਚੇ 'ਤੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਔਰਤਾਂ ਦੇ ਵੱਡੇ ਮੁਜ਼ਾਹਰੇ ਕਰਕੇ ਅਤੇ ਉਹ ਬ੍ਰਿਜ ਭੂਸ਼ਣ ਨੇ ਜੋ ਕਰਤੂਤ ਕੀਤੀ ਹੈ ਉਹਦੀ ਅਰਥੀ ਸਾੜੀ ਜਾਣੀ ਹੈ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਸਰਕਾਰ ਕਾਰਵਾਈ ਨਹੀਂ ਕਰ ਰਹੀ ਹੈਗੀ ਬ੍ਰਿਜ ਭੂਸ਼ਣ ਦੇ ਖਿਲਾਫ ਕੀ ਮਨਸ਼ਾ ਲੱਗਦੀ ਹੈ ਦੇਖੋ ਜਦੋਂ ਉਸ ਨੇ ਬ੍ਰਿਜ ਭੂਸ਼ਣ ਨੇ ਕਰਤੂਤ ਕੀਤੀ ਹੈ ਉਹ ਸਰਕਾਰ ਦੀ ਸ਼ਹਿ 'ਤੇ ਕੀਤੀ ਹੈ ਜਿੱਡਾ ਵੱਡਾ ਇੱਥੇ ਕਰਪਸ਼ਨ ਕਰਨ ਵਾਲਾ ਜਿੱਡਾ ਵੱਡਾ ਬਲਾਤਕਾਰੀ ਆ ਉਹ ਸਰਕਾਰ ਦੀ ਬੁੱਕਲ 'ਚ ਉਹ ਬੈਠਾ ਅਤੇ ਉਹਨਾਂ 'ਤੇ ਸਰਕਾਰ ਕਾਰਵਾਈ ਨਹੀਂ ਕਰੂਗੀ ਪੰਜਾਬ ਦੀ ਗੱਲ ਕਰ ਲਈਏ ਚਾਹੇ ਬਾਹਰਲੀਆਂ ਸਟੇਟਾਂ ਦੀ ਗੱਲ ਕਰ ਲਈਏ ਸੂਬਿਆਂ ਦੀ ਗੱਲ ਕਰ ਲਈਏ ਕਿਉਂਕਿ ਲੋਕ ਜਦੋਂ ਉੱਠਦੇ ਨੇ ਉਦੋਂ ਇਹਨਾਂ ਨੂੰ ਕਾਰਵਾਈ ਕਰਨ ਵਾਸਤੇ ਮਜਬੂਰ ਕਰਦੇ ਨੇ ਪਰ ਜੇ ਕਹਿ ਦਈਏ ਵੀ ਉਹ ਐਂ ਕਾਰਵਾਈ ਕਰ ਲੈਣਗੇ ਉਹ ਐਂ ਕਾਰਵਾਈ ਨਹੀਂ ਕਰਨਗੇ ਫਿਰ ਤੁਹਾਨੂੰ ਕੀ ਲੱਗਦਾ ਕੀ ਹੱਲ ਹੋ ਸਕਦਾ ਇਸ ਦਾ ਇਹਦਾ ਹੱਲ ਇਹੀ ਹੈ ਅਸੀਂ ਉਸ ਬ੍ਰਿਜ ਭੂਸ਼ਣ ਦੀ ਅਤੇ ਜਿਹੜਾ ਇੱਥੋਂ ਦੇ ਭਾਜਪਾ ਦੇ ਸਰਕਾਰ ਉਹਨੂੰ ਸ਼ਹਿਦ ਹੈ ਅਸੀਂ ਉਹਦੀ ਮਿੱਟੀ ਪਲੀਤ ਕਰਾਂਗੇ ਅਰਥੀਆਂ ਸਾੜਾਂਗੇ ਸ਼ਹਿਰਾਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਡੀਸੀਆਂ ਨੂੰ ਮੰਗ ਪੱਤਰ ਦੇਵਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੂਬਾ ਕਮੇਟੀ ਇਹਦੇ 'ਤੇ ਐਕਸ਼ਨ ਲਿਖੂਗੀ ਉਸ ਐਕਸ਼ਨ 'ਤੇ ਅਸੀਂ ਵੱਡੇ ਮੁਜ਼ਾਹਰੇ ਜੋ ਵੀ ਪ੍ਰਦਰਸ਼ਨ ਲਿਖਣਗੇ ਉਹ ਕਰਾਂਗੇ ਕਿਉਂਕਿ ਜਿੰਨਾ ਚਿਰ ਉਹਨਾਂ ਕੁੜੀਆਂ ਨੂੰ ਇਨਸਾਫ਼ ਨਹੀਂ ਮਿਲਦਾ ਕਿਉਂਕਿ ਜਦੋਂ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰਦੀ ਹੈ ਕੋਈ ਧੀ ਹੋਵੇ ਕੋਈ ਮਾਂ ਹੋਵੇ ਤਾਂ ਉਹ ਜਦੋਂ ਉਹਨਾਂ ਨੂੰ ਦਬਾਉਂਦੇ ਨੇ ਤਾਂ ਫਿਰ ਇਹੋ ਜਿਹੇ ਉਹਨਾਂ ਦੇ ਨਾਲ ਮੰਦਭਾਗੀਆਂ ਅਤੇ ਇਹੋ ਜਿਹੀਆਂ ਯਾਨੀ ਬਹੁਤ ਘਨਾਉਣੀਆਂ ਹਰਕਤਾਂ ਦੇ ਨਾਲ ਇਹ ਦਬਾਉਣਾ ਚਾਹੁੰਦੇ ਨੇ ਅਸੀਂ ਕਹਿੰਦੇ ਹਾਂ ਵੀ ਇਹ ਜਿਹੜਾ ਔਰਤਾਂ ਦੇ ਨਾਲ ਸ਼ੋਸ਼ਣ ਹੋ ਰਿਹਾ ਇਹ ਐਂ ਘਰਾਂ 'ਚ ਬੈਠਿਆਂ ਤੋਂ ਨਹੀਂ ਹਟਣਾ ਔਰਤਾਂ ਨੂੰ ਬਾਹਰ ਨਿਕਲਣਾ ਪੈਣਾ ਔਰਤਾਂ ਨੂੰ ਲੜਨਾ ਪੈਣਾ ਅਤੇ ਫਿਰ ਇਹੋ ਜਿਹੇ ਬ੍ਰਿਜ ਭੂਸ਼ਣ ਵਰਗਿਆਂ ਦੇ ਨੱਥ ਪਾਈ ਜਾਊਗੀ ਅਤੇ ਫਿਰ ਗਾਂਹ ਵਾਸਤੇ 100 ਵਾਰੀ ਸੋਚਣਗੇ ਵੀ ਜਦੋਂ ਅਸੀਂ ਕਿਸੇ ਪੰਜਾਬ ਦੀ ਕਿਸੇ ਹੋਰ ਸਟੇਟ ਦੀ ਧੀ ਦੇ ਨਾਲ ਪੰਗਾ ਲਵਾਂਗੇ ਫਿਰ ਉਹ ਮਤ ਸੋਚਣਗੇ।